ਪਟਿਆਲਾ ਸ਼ਹਿਰ ਦੇ ਖਾਲਸਾ ਕਲੋਨੀ ਪਾਸੋ ਰੋਡ ਤੋਂ ਇੱਕ ਦੁਖਦ ਖਬਰ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਇਸ ਪਸ਼ੂ ਧਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਜੋ ਕਿ ਇਸ ਵਕਤ ਤੁਹਾਡੇ ਸਾਹਮਣੇ ਮ੍ਰਿਤਕ ਦੇਹ ਪਈ ਹੈ। ਇਸ ਨੂੰ ਬੇਜ਼ੁਬਾਨ ਨੂੰ ਗੋਲੀ ਮਾਰੀ ਗਈ ਹੈ। ਗਊ ਮਾਤਾ ਨੂੰ ਇਸ ਵਕਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀ ਮਾਰ ਕੇ। ਇੱਥੇ ਕੁਝ ਜੀਵ ਪ੍ਰੇਮੀ ਹੈ ਉਹ ਵੀ ਖੜੇ ਨੇ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਵੀ ਕਿਸ ਤਰ੍ਹਾਂ ਦਾ ਵਾਕਿਆ ਹੈ, ਕਿਉਂਕਿ ਸਾਨੂੰ ਵੀ ਇਹਨਾਂ ਤੋਂ ਹੀ ਜਾਣਕਾਰੀ ਮਿਲੀ ਹੈ। ਤੇਜੀ ਜੋ ਕਿ ਇੱਥੇ ਪਸ਼ੂਆਂ ਦੀ ਸੇਵਾ ਕਰਦੇ ਇਹਨਾਂ ਨਾਲ ਗੱਲ ਕਰਦੇ ਹਾਂ। ਤੇਜੀ ਕੀ ਮਸਲਾ ਕੀ ਹੈ ਇਹ? ਭਾਜੀ ਸਾਨੂੰ ਕਾਲ ਆਈ ਸੀ ਕਿ ਥੋੜੇ ਟਾਈਮ ਪਹਿਲਾਂ, ਤਕਰੀਬਨ ਘੰਟਾ ਅੱਧਾ ਘੰਟਾ ਹੋਇਆ ਜੀ, ਤੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਇੱਥੇ ਇੱਕ ਗਊ ਰੋਜ਼ ਆਉਂਦੀ ਸੀਗੀ, ਚਰਦੀ ਹੈ ਇੱਥੇ, ਤੇ ਅੱਜ ਕਿਸੇ ਬੰਦੇ ਨੇ ਇਹਨੂੰ ਸ਼ੂਟ ਕਰਤਾ। ਸ਼ੂਟ ਕਰਤਾ? ਕਿਉਂ ਸ਼ੂਟ ਕਰਤਾ ਤੇ ਇਹ ਤਾਂ ਬੇਜ਼ੁਬਾਨ ਹੈ, ਗੋਲੀ ਕਿਉਂ ਮਾਰਤੀ ਕਿਸੇ ਨੇ? ਰੀਜ਼ਨ ਭਾਜੀ ਉਹਨਾਂ ਨੇ ਦੱਸਿਆ ਨਹੀਂ ਹੈਗਾ, ਕਹਿੰਦੇ ਇੱਕਦਮ ਉਹ ਆਇਆ ਉੱਥੋਂ, ਆਪਣੇ ਲਾਇਸੈਂਸੀ ਸੀ ਉਹਦੇ ਕੋਲ, ਰਿਵਾਲਵਰ ਜੋ ਵੀ ਸੀਗਾ ਉਹਦੇ ਨਾਲ ਆ ਕੇ ਇੱਕਦਮ ਸ਼ੂਟ ਕਰਤਾ ਤੇ 2-3 ਮਿੰਟ 'ਚ ਡੈਥ ਹੋ ਗਈ ਇੱਥੇ। ਤੁਸੀਂ ਪਸ਼ੂਆਂ ਦੀ ਸੇਵਾ ਕਰਦੇ ਹੋ, ਅਸੀਂ ਦੇਖਦੇ ਹਾਂ ਤੁਹਾਡੀ ਐਨਜੀਓ ਦਿਨ ਰਾਤ ਜਿਹੜੇ ਸਟਰੀਟ ਡੌਗਸ ਨੇ ਜਾਂ ਐਨੀਮਲਸ ਨੇ ਉਹਨਾਂ ਦੀ ਤੁਸੀਂ ਸੇਵਾ ਕਰਦੇ ਹੋ, ਦੇਖ ਰੇਖ ਕਰਦੇ ਹੋ, ਕੀ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੁਝ ਪਹਿਲਾਂ ਵੀ ਕਦੇ ਸੁਣਿਆ ਅੱਜ ਤੱਕ? ਭਾਜੀ ਇੱਦਾਂ ਦੇ ਇੰਸੀਡੈਂਟ ਨਾ ਕਦੇ ਕਦੇ ਇਨਸਾਨ ਮਤਲਬ ਫਰਸਟ੍ਰੇਸ਼ਨ ਹੁੰਦੀ ਆਪਣੇ ਘਰ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ, ਉਹ ਆਪਾਂ ਬੇਜ਼ੁਬਾਨ ਜਾਨਵਰ ਤੇ ਕੱਢ ਦਿੰਦੇ ਆ। ਹੁਣ ਅਸੀਂ ਰੋਜ਼ ਟ੍ਰੀਟਮੈਂਟ ਕਰਦੇ, ਸਾਡੇ ਰੋਜ਼ ਸੱਟਾਂ ਵੱਜਦੀਆਂ ਨੇ, ਠੀਕ ਹੈ ਨਾ, ਸਾਨੂੰ ਕਈ ਵਾਰ ਮਾਰ ਵੀ ਦਿੰਦਾ ਜਾਨਵਰ ਜਦੋਂ ਕੋਈ ਜਾਨਵਰ ਨੂੰ ਪਤਾ ਨਹੀਂ ਆ ਚੀਜ਼ਾਂ ਦਾ, ਬਟ ਇਦਾਂ ਇਹ ਮਾਰਨਾ ਬਹੁਤ ਬੜੀ ਵੱਡੀ ਚੀਜ਼ ਆ ਤੇ ਬਹੁਤ ਗਲਤ ਚੀਜ਼ ਆ। ਸੋ ਗਲਤ ਤਾਂ ਹੈ ਹੀ ਹੈ ਜੀ, ਕਿਸੇ ਬੇਜ਼ੁਬਾਨ ਤੇ ਅਤਿਆਚਾਰ ਕਰਨਾ, ਉਹ ਵੀ ਇਸ ਤਰ੍ਹਾਂ ਦੇ ਨਾਲ ਗੋਲੀ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦੇਣਾ। ਵੱਧ ਤੋਂ ਵੱਧ ਇਸ ਦਾ ਕੀ ਕਸੂਰ ਹੋਊਗਾ? ਜਾਂ ਤਾਂ ਇਸਨੇ ਹਿੱਟ ਕੀਤਾ ਹੋਣਾ ਜਾਂ ਮਾਰਿਆ ਹੋਣਾ, ਪਰ ਜਿਹੜੇ ਸਟਰੀਟ ਐਨੀਮਲਸ ਹੁੰਦੇ ਆ ਇਹ ਘੱਟ ਮਾਰਦੇ ਆ, ਜ਼ਿਆਦਾਤਰ ਇਹ ਜਿਹੜਾ ਕਹਿ ਲਈਏ ਵੀ ਜਾਣ ਪਹਿਚਾਣ ਹੁੰਦੀ ਹੈ, ਲੋਕ ਰੋਟੀ ਰੋਟੀ ਪਾਉਂਦੇ ਆ ਜਾਂ ਫਿਰ ਇੱਦਾਂ ਹੀ ਸਟਰੀਟ ਦੇ ਵਿੱਚ ਚੁੱਗ ਕੇ ਇਹ ਆਪਣਾ ਗੁਜ਼ਰ ਬਸ਼ਰ ਕਰਦੇ ਆ। ਇੱਥੇ ਮੁਹੱਲਾ ਦੇ ਨਿਵਾਸੀ ਵੀ ਖੜੇ, ਉਹਨਾਂ ਨਾਲ ਗੱਲ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਮੈਂ ਐਨੀਮਲ ਵੈਲਫੇਅਰ ਸੁਸਾਇਟੀ ਤਿਰਪੜੀ ਤੋਂ ਹਾਂ ਜੀ। ਮੈਂ ਵੀ ਗਊਆਂ ਦੀ ਕਈ ਸਾਲਾਂ ਸੇਵਾ ਕਰ ਰਿਹਾ ਅਸੀਂ ਬੇਜ਼ੁਬਾਨ ਦੀ, ਤੇ ਸਾਨੂੰ ਵੀ ਕਾਲ ਆਈ ਸੀ ਤਿਰਪੜੀ ਤੋਂ ਕਿ ਹਾਂਜੀ ਇੱਥੋਂ ਆਪਾਂ ਕਿ ਗਊ ਦੇ ਕਿਸੇ ਨੇ ਸ਼ੂਟ ਕਰਤਾ ਤੇ ਗਊ ਤੜਫ ਰਹੀ ਹੈ, ਤੇ ਅਸੀਂ ਮੌਕੇ ਤੇ ਪਹੁੰਚੇ ਤਾਂ ਗਊ ਮਰ ਚੁੱਕੀ ਸੀ। ਅੱਛਾ, ਹਾਂਜੀ, ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਜੀ ਜਿਹਨੇ ਵੀ ਕੀਤਾ ਇੱਥੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ। ਕੀ ਕਾਰਨ ਕੀ ਲੱਗਦਾ ਵੀ ਕਿਉਂ ਇਸ ਤਰ੍ਹਾਂ ਮਾਰ? ਅਸੀਂ ਇੱਥੇ ਮੌਕੇ ਤੇ ਪਹੁੰਚ ਗਏ ਜੀ, ਜਦੋਂ ਆਏ ਤਾਂ ਗਊ ਮਰ ਚੁੱਕੀ ਸੀ ਉਸ ਟਾਈਮ, ਤੇ ਕਾਰਨ ਇਹੀ ਕਹਿ ਰਹੇ ਨੇ ਜੀ, ਕਹਿੰਦੇ ਪਤਾ ਨਹੀਂ ਪਿੱਛੋਂ ਸ਼ੂਟ ਕਰਨ ਲਈ ਉਹ ਬੰਦਾ ਆਇਆ ਪੈਦਲ ਤੇ ਉਰੇ ਆ ਕੇ ਉਸਨੇ ਗਊ ਤੇ ਸ਼ੂਟ ਕਰ ਦਿੱਤਾ। ਬੜੀ ਮੰਦਭਾਗੀ ਗੱਲ ਹੈ ਕਿ ਇੱਕ ਬੇਜ਼ੁਬਾਨ ਹੈ, ਇਸ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦੇਣਾ। ਕਿਸ ਤਰ੍ਹਾਂ ਦੀ ਮਾਨਸਿਕਤਾ ਹੋ ਸਕਦੀ ਹੈ ਉਸ ਵਿਅਕਤੀ ਦੀ, ਜਿਸ ਤਰ੍ਹਾਂ ਹੁਣ ਤੇਜ਼ੀ ਦੱਸ ਰਹੇ ਸੀ ਕਿ ਸ਼ਾਇਦ ਫਰਸਟ੍ਰੇਟ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਫਿਰ ਬੰਦਾ ਅਜਿਹੇ ਕੰਮ ਕਰਦਾ, ਪਰ ਖੈਰ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਮੁਲਾਜ਼ਮ ਪਹੁੰਚੇ ਹੈ, ਥਾਣਾ ਇੰਚਾਰਜ ਖੁਦ ਆਪ ਆਏ ਹੋਏ ਨੇ ਔਰ ਤਫਤੀਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜਾ ਹੈ ਮਾਹੌਲ ਇਸ ਤਰ੍ਹਾਂ ਦਾ ਹੈਗਾ ਕਿ ਇਸ ਤਰ੍ਹਾਂ ਜਦੋਂ ਕਿਸੇ ਦੀ ਘਟਨਾ ਵਾਪਰਦੀ ਹੈ ਤਾਂ ਉੱਥੇ ਤਣਾਅ ਵੀ ਵੱਧ ਸਕਦਾ, ਸੋ ਇਸ ਕਰਕੇ ਵੀ ਜਿਹੜਾ ਪੁਲਿਸ ਦੀ ਜ਼ਿੰਮੇਵਾਰੀ ਵੱਧ ਬਣ ਜਾਂਦੀ ਹੈ, ਸੋ ਸੰਭਾਲ ਰਹੇ ਨੇ ਇਸ ਵਕਤ। ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਆਈ ਹੋਈ ਹੈ, ਕਾਰਵਾਈ ਕਰ ਰਹੇ ਹੈ, ਇਨਵੈਸਟੀਗੇਸ਼ਨ ਕਰ ਰਹੇ ਹੈ, ਤੱਥਾਂ ਦੀ ਜਾਂਚ ਕੀਤੀ ਜਾਊਗੀ, ਘੋਖ ਕੀਤੀ ਜਾਊਗੀ, ਆਖਰ ਕਾਰਨ ਕੀ ਹੈ, ਕਿਉਂ ਇੱਕ ਬੇਜ਼ੁਬਾਨ ਨੂੰ ਇਸ ਤਰ੍ਹਾਂ ਕੋਈ ਵਿਅਕਤੀ ਜਿਹੜਾ ਕਿ ਬੋਲ ਸਕਦਾ, ਇੰਨਾ ਸਮਝਦਾਰ ਹੈ ਕਿ ਉਸ ਕੋਲ ਅਸਲਾ ਹੈ, ਲਾਇਸੈਂਸ ਹੀ ਅਸਲਾ ਹੈ, ਔਰ ਉਹ ਕਿਉਂ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਕਿ ਇੱਕ ਬੇਜ਼ੁਬਾਨ ਨੂੰ ਇਸ ਤਰ੍ਹਾਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦਾ। ਸੋ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਰੋਸ ਤਾਂ ਹੈ ਹੀ ਹੈ, ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹੋਏ ਨੇ, ਸੋ ਲੋਕ ਬਹੁਤ ਸਾਰਾ ਜਿਹੜਾ ਹੈ ਬੇਜ਼ੁਬਾਨਾਂ ਨੂੰ ਪਿਆਰ ਕਰਦੇ ਆ। ਅਕਸਰ ਅਸੀਂ ਦੇਖਦੇ ਹਾਂ ਗਲੀ ਮੁਹੱਲਿਆਂ ਦੇ ਵਿੱਚ ਗਊਆਂ ਜਦੋਂ ਘੁੰਮਦੀਆਂ ਤੇ ਲੋਕ ਇਹਨਾਂ ਨੂੰ ਰੋਟੀ ਪਾ ਦਿੰਦੇ ਆ, ਕੁਝ ਲੋਕ ਦਾਣਾ ਪਾ ਦਿੰਦੇ ਆ, ਕੁਝ ਲੋਕ ਟੋਕਾ ਪਾ ਦਿੰਦੇ ਆ, ਹਰਾ ਪਾ ਦਿੰਦੇ ਆ। ਸੋ ਕੁਝ ਐਨਜੀਓਜ਼ ਨੇ ਜਿਹੜੀਆਂ ਕਿ ਇਹਨਾਂ ਦੇ ਜ਼ਖਮੀ ਹੋਣ ਦੇ ਉੱਤੇ ਇਹਨਾਂ ਦਾ ਇਲਾਜ ਵੀ ਕਰਦੀਆਂ ਨੇ, ਉਹਨਾਂ ਦੇ ਜਿਹੜੇ ਲੋਕ ਹੈ ਇੱਥੇ ਪਹੁੰਚੇ ਹੋਏ ਨੇ। ਫਿਲਹਾਲ ਹਰੇਕ ਦੇ ਦਿਲ ਦੇ ਉੱਤੇ ਇੱਕ ਮਾਯੂਸੀ ਹੈ ਕਿ ਆਖਰ ਕਿਉਂ ਇਹ ਹੋਇਆ। ਜਿਹੜੀ ਵੀ ਘਟਨਾ ਵਾਪਰੀ ਹੈ ਬੜੀ ਦਰਦਨਾਕ ਘਟਨਾ, ਔਰ ਪੁਲਿਸ ਮੁਲਾਜ਼ਮ ਇੱਥੇ ਪਹੁੰਚ ਚੁੱਕੇ ਨੇ ਔਰ ਕਾਰਵਾਈ ਕੀਤੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ, ਕਾਰਨਾਂ ਦਾ ਪਤਾ ਕੀਤਾ ਜਾਊਗਾ, ਘੋਖ ਕੀਤੀ ਜਾਊਗੀ, ਉਸ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਹੈ ਉਹ ਲਾਜ਼ਮੀ ਹੈ ਕਿ ਉਸ ਵਿਅਕਤੀ ਦੇ ਉੱਤੇ ਹੋਊਗੀ ਜਿਸਨੇ ਇਸ ਤਰ੍ਹਾਂ ਦੀ ਹਰਕਤ ਨੂੰ ਅੰਜਾਮ ਦਿੱਤਾ ਹੈ। ਦੇਖਦੇ ਹਾਂ ਪੁਲਿਸ ਵੱਲੋਂ ਫਿਲਹਾਲ ਕੀ ਕਾਰਵਾਈ ਕੀਤੀ ਜਾਏਗੀ। ਖਾਨ ਸਾਹਿਬ, ਅੱਜ ਗਊ ਦੇ ਗੋਲੀ ਲੱਗੀ ਹੈ, ਕੀ ਮਾਮਲਾ ਹੈ ਪੂਰਾ? ਅੱਜ ਸਾਨੂੰ ਇੱਥੋਂ ਇੱਕ ਮੈਸੇਜ ਮਿਲਿਆ ਸੀਗਾ ਸਾਡੇ SHO ਬਖਸ਼ੀਵਾਲਾ ਨੂੰ ਵੀ ਕਿਸੇ ਵਿਕਰਮ ਨਾਂ ਦੇ ਵਿਅਕਤੀ ਨੇ ਜਿਹੜਾ ਹੈ ਗਊ ਦੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ। ਉਸ ਸੰਬੰਧ ਦੇ ਵਿੱਚ ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ ਸਮੇਤ SHO ਸਾਰੇ ਅਸੀਂ, ਅਤੇ ਬੰਦਾ ਅਸੀਂ ਰਾਊਂਡ ਅਪ ਕਰ ਲਿਆ, ਅਤੇ ਅਸੀਂ ਇਸ ਤੋਂ ਬਾਅਦ ਜਿਹੜੀ ਅਗਲੀ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਉਹ ਕਰ ਰਹੇ ਹਾਂ ਅਤੇ ਕੇਸ ਰਜਿਸਟਰ ਅਸੀਂ ਕਰਾਂਗੇ, ਬਾਕੀ ਜੋ ਹੋਏਗਾ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ। ਕਾਰਨ ਜੋ ਨੇ ਹੁਣ ਵੈਸੇ ਦੱਸਿਆ ਵੀ ਕਿਤੇ ਵੀ ਮੇਰੇ ਘਰਵਾਲੀ ਨੂੰ ਹਿੱਟ ਕੀਤਾ ਸੀਗਾ, ਅਤੇ ਇਹਦੇ ਕਰਕੇ ਮੈਨੂੰ ਗੁੱਸੇ 'ਚ ਆ ਕੇ ਕਦਮ ਜਿਹੜਾ ਚੁੱਕਿਆ। ਚੈੱਕ ਕਰਾਂਗੇ ਜੀ, ਹੁਣ ਤਾਂ ਰੀਸੈਂਟਲੀ ਹਾਲੇ ਇੰਸੀਡੈਂਟ ਹੋਇਆ, ਚੈੱਕ ਕਰਾਂਗੇ।
सो मौके ते जिथे पंजाब पुलिस दी भारी जिहड़ी पुलिस फोर्स पहुंची सी उत्थे डीएसपी सिटी 2 टवाना साहब इत्थे मौके ते पहुंचे सन। उन्होंने पत्रकारां नाल गलबात करदे हुए दस्सिया है कि एक व्यक्ति वल्लों इस कारण इस गां दे गोली मार दित्ती गई है कि उसका कहना है कि उसकी पत्नी नूं इस गां वल्लों हिट किया गया सी। सुनने च मिल रहा है कि वह व्यक्ति साबका फौजी है और जिहड़ी तस्वीर दिख रही है सीसीटीवी फुटेज दे विच दिख रहा है कि वह व्यक्ति गां दे पिछे पिछे आ रहा है और आके उसने गोली मारी है। सो यह गोली मारन तो बाद गां उत्थे ही तड़फ तड़फ के मर गई है। पुलिस ने उस व्यक्ति नूं राउंड अप कर दिता है ते हुण वह कह रहे हैं कि असीं इसका मैडिकल भी करवावांगे और जांच का विषय है कि आखिर इस दे पिछे होर की कोई घटना है या फिर इस कारण करके ही सिर्फ गोली चलाई गई है और अज एक बेजुबान नूं इत्थे मार दिता गया। सो इत्थे पशु प्रेमी पहुंचे है, उन्हां दा कहना यह है कि इस तरह के लोग फ्रस्ट्रेशन का शिकार होंदे है पर किते ना किते चाहे वह फ्रस्ट्रेशन का शिकार सी उस दे कोल एक लाइसेंसी हथियार है जो कि मारू हथियार है। जैसे तुसीं देखिया कि गोली लगदे ही सुनन च आया कि 3 या 4 मिनट दे विच गां उत्थे ही ढेरी हो गई है, वह मौत जिहड़ी है उसनूं मिल गई है। सो इहो जिहे लोगों के हत्थां दे विच हथियार होना किन्ना क वाजिब है कि इन्हां दी दुबारा तफतीश होनी चाहिए कि इन्हां लोगों को हथियार होने चाहिए है कि नहीं होने चाहिए, क्योंकि जिस व्यक्ति वालों इस तरह बेजुबान के उपर अपने हथियार का इस्तेमाल किया गया तो यह लोग समाज के लिए भी कितना कितना खतरा है कि कल किसी नाल कहा सुनी हो जाए तो उत्थे भी हथियार कढ़ सकता है या इस तरह हथियार की वरतों कर सकता है। एक सोच का विषय कि कि मानसिकता के नाल लोग अज काम कर रहे हैं, कि मानसिकता के नाल समाज के सारों अंजाम दे रहे हैं। फिलहाल पुलिस मौके पर पहुँच चुकी है, अपराधी जिहड़ा व्यक्ति कह लिए मुलजम है उसनू गिरफ्तार कर लिया गया और बनते तत्थों के आधार पर इन्वेस्टिगेशन तो बाद कार्रवाई करने की गल इत्थे डीएसपी सिटी 2 वालों कही गई है। देखना यह होगा कि कार्रवाई होगी या फिर मामला ठंडे बस्ते में चला जाऊगा। कैमरामैन सुनील अनुराग शर्मा डेली पोस्ट पंजाबी पटियाला तो डेली पोस्ट पंजाबी देख रहे हो।